ਬਾਹਰ ਆ, ਚੱਲ ਇੱਦਾਂ ਕਰ ਮੈਨੂੰ ਮਾੜਾ ਮਾਹੌਲ ਜਿਹਾ ਬਣਾਉਣ ਦੇ, 5 ਮਿੰਟ ਰੁਕ ਜਾ, ਮੈਂ ਗੱਲ ਕਰ ਲਵਾਂ ਮਾੜੀ, ਠੀਕ ਹੈ, ਮਾਹੌਲ ਜਿਹਾ ਬਣਾਉਣਾ, ਫਿਰ ਆ ਜਾਇਓ। ਹਾਂ ਓਕੇ, 5 ਮਿੰਟ ਬਾਅਦ। ਕੀ ਦੇਖਦੇ ਹੋ? ਵੀ ਕੀ ਦੇਖਣਾ, ਤੂੰ ਕੋਲੂ ਕਿਹੜਾ ਬੜਾ ਬੰਨਿਆ। ਉਹ ਮਾਮਾ ਮੈਂ ਤਾਂ ਨਾ ਇੱਦਾਂ ਦੱਸਣਾ ਸੀ ਤੁਹਾਨੂੰ, ਆਪਣਾ ਛੋਟਾ ਨਾ ਆਪਦੀ ਗਰਲਫ੍ਰੈਂਡ ਨੂੰ ਲੈ ਕੇ ਆ ਰਿਹਾ ਵਾ। ਉਹ ਦੇਖੋ ਕੁੜੀ ਕਹਿੰਦਾ ਬਹੁਤ ਸਾਊ ਆ, ਤੁਸੀਂ ਇੱਕ ਵਾਰੀ ਆਪਣੀ ਨਿਗਾਹ ਰਾਹੀਂ ਕੱਢ ਲਓ, ਵਿਆਹ ਤਾਂ ਉਹਦਾ ਆਪਾਂ ਕਰਨਾ ਹੀ ਆ ਨਾ, ਅਤੇ ਜੇ ਵਧੀਆ ਲੱਗੀ ਹਾਂ ਕਰ ਦਿਓ, ਬਾਕੀ ਸਾਰਾ ਕੰਮ ਸੈੱਟ ਹੀ ਆ। ਕੁੜੀ ਨੂੰ ਨਾਲ ਲੈ ਕੇ ਆਉਣਾ? ਹਾਂਜੀ ਕੋਈ ਤਿਆਰ ਆ ਸੀ। ਚਲੋ ਠੀਕ। ਬੜੀ ਸੰਸਕਾਰੀ ਮਾਂ, ਜੇ ਮੇਰੇ ਨਾਲ ਵਿਆਹ ਕਰਾਉਣਾ ਅਸੀਂ ਕਰਨਾ ਪੈਣਾ ਭਰਾਵਾ, ਅਸੀਂ ਤਾਂ ਚੁੰਨੀ ਲੈ ਲਾ ਪਹਿਲਾਂ, ਚੰਗਾ ਅੰਦਰ ਬਾਹਰ ਗੇਟਾਂ ਮੂਹਰੇ ਲੈ ਲਾਟ ਵੀ ਮੈਨੂੰ ਹੀ ਫੜਾਉਂਦੀ ਆ। ਜਿਉਂਦੀ ਵਸਦੀ ਰਹਿ ਪੁੱਤ, ਰੱਬ ਤੰਦਰੁਸਤੀਆਂ ਦੇਵੇ। ਉਹ ਤਾਂ ਇੰਨੀ ਠੰਡ ਆ, ਤੂੰ ਕੋਟੀ ਕੱਠੀ ਤਾਂ ਪਾ ਲੈਂਦੀ ਕੋਈ? ਮੰਮੀ ਕਹਿੰਦੀ ਨਾ ਬਈ ਤੁਹਾਨੂੰ ਮਿਲਣਾ, ਤੇ ਵਿਚਾਰੀ ਸਵੇਰ ਦੀ ਪੂਜਾ ਕਰਦੀ ਸੀ, ਪਾਠ ਕਰਦੀ ਸੀ, ਦੋ ਵਾਰ ਤੱਕ ਗੁਰਦੁਆਰਾ ਸਾਹਿਬ 'ਚ ਆਇਆ ਜੀ, ਤੇ ਬੜੇ ਹੀ ਸੰਸਕਾਰੀ ਹੈ ਜੀ। ਬੈਠੋ ਬੈਠੋ ਗੱਲਾਂ ਕਰੋ, ਬੈਠ ਪੁੱਤ ਬੈਠੋ। ਹੋਰ ਪੁੱਤ ਘਰ ਪਰਿਵਾਰ ਠੀਕ ਆ ਸਾਰਾ? ਹਾਂਜੀ ਆਂਟੀ ਜੀ, ਸਭ ਠੀਕ ਠਾਕ। ਤੂੰ ਪੁੱਤ ਲੋ ਟੋ ਕੇ ਬੈਠ। ਹਾਂਜੀ ਚੁੰਨੀ ਲੈਣੀ, ਪੈਰੀ ਹੱਥ ਲਾਉਣੇ, ਇਹ ਤਾਂ ਬਹੁਤ ਪੁਰਾਣਾ ਰਿਵਾਜ ਆ। ਆਪਾਂ ਪੁੱਤ ਹੁਣ ਰਹਿੰਦੇ ਆ ਬਾਹਰ, ਮੈਨੂੰ ਤਾਂ ਮਾਡਰਨ ਨੌ ਚਾਹੀਦੀ ਆ, ਜਿਹੜਾ ਸਾਰਾ ਕੁਛ ਮੇਰੇ ਨਾਲ ਐਨ ਕਰੇ ਇੰਜੋਏ। ਆਂਟੀ ਮੈਂ ਸਮਝੀ ਨਹੀਂ। ਤੈਨੂੰ ਹੁਣ ਪੁੱਤ ਮੈਂ ਸਮਝਾਉਂਦੀ ਹਾਂ। ਦੇਖ ਪੁੱਤ, ਜਿਹੜਾ ਇਹਦਾ ਡੈਡੀ ਆ, ਉਹ ਸ਼ਾਮ ਨੂੰ ਦਾਰੂ ਪੀਣੀਓ ਪੀਣੀ ਆ ਉਹਨੇ, ਫਿਰ ਨਾਲ ਮੈਨੂੰ ਵੀ ਲਾਉਂਦਾ, ਫਿਰ ਮੈਨੂੰ ਵੀ ਪਿੱਗ ਲਾਉਣਾ ਪੈਂਦਾ। ਸਾਡੇ ਘਰ ਤਾਂ ਬੱਕਰਾ ਵੀ ਬਣਦਾ, ਮੁਰਗਾ ਵੀ ਬਣਦਾ ਪੁੱਤ, ਮੱਛੀ ਵੀ ਬਣਦੀ ਆ, ਅਸੀਂ ਤਾਂ ਸਭ ਕਾਸੇ ਦੇ ਆਦੀ ਹਾਂ। ਮੇਰਾ ਮੁੰਡਾ ਵੀ ਪਿੱਗ ਪੁੱਗ ਲਾ ਲੈਂਦਾ। ਦੋ ਤਿੰਨ ਵਾਰੀ ਤਾਂ ਤੇਰਾ ਡੈਡੀ ਮੈਨੂੰ ਕਲੱਬਾਂ 'ਚ ਲੈ ਗਿਆ, ਮੈਂ ਤਾਂ ਉੱਥੇ ਟੈਟ ਹੋ ਗਈ, ਮੈਂ ਤਾਂ ਗੋਰਿਆਂ ਨੂੰ ਜੱਫੀਆਂ ਪਾਉਣ ਲੱਗ ਗਈ, ਪਤਾ ਹੀ ਨਾ ਲੱਗੇ ਵੀ ਮੈਂ ਕੀ ਕਰਨਾ। ਇਹੋ ਜਿਹਾ ਕੁਛ ਤਾਂ ਮੇਰੇ ਨਾਲ ਹੋਇਆ ਧੀ। ਤੂੰ ਤਾਂ ਹੈਗੀ ਪੁੱਤ ਬਾਹਲੀ ਸਾਊਆ, ਸਾਡਾ ਤਾਂ ਟੱਬਰ ਵੈਲੀਆਂ ਦਾ, ਰਾਤ ਨੂੰ ਦਾਰੂ ਪੀ ਕੇ ਇੰਨੀ ਖੱਪ ਪਾ ਕੇ ਸਿੱਧੂ ਮੂਸੇ ਵਾਲੇ ਦੇ ਗੀਤ ਲਾ ਕੇ, ਆ ਜਿਹੜਾ ਹੁਣ ਆਇਆ ਨਹੀਂ ਗਾ ਬੁਮੀਹਾ ਬੋਲੇ ਬੁਮੀਹਾ ਬੋਲੇ, ਇਹ ਨਹੀਂ ਸੁਣੋ ਹਟਦੇ। ਜਿਹੜੀ ਪੁੱਤ ਗੋਨਿਆਂ ਵਾਲੇ ਨੇ ਲੈਣ ਬੋਲੀ ਆ, HSO DC DCP, ਅੱਛਾ ਮੈਨੂੰ ਤਾਂ ਉਹਨੇ ਖਿੱਚੇ ਹੀ ਲਿਆ। ਤੈਨੂੰ ਪਤਾ ਇਹ ਤੇ ਧੋਨੀ ਪੁੱਤ ਕੱਟ ਹੋਣਾ, ਇਹ ਤਾਂ ਮੈਂ ਹੀ ਕੱਟ ਗਈ ਇਹਨਾਂ ਟੱਬਰਾਂ 'ਚ। ਕੱਟ ਨਹੀਂ ਹੋਣੀ ਆਂਟੀ, ਹਾਂ ਮੈਨੂੰ ਤਾਂ ਸਫੋਕੇਸ਼ਨ ਹੋ ਰਹੀ ਸੀ ਚੁੰਨੀ 'ਚ। ਕੀ ਹੈ ਚੁੱਪ ਰਹੋ, ਆਹ ਤੁਹਾਡੇ ਮੁੰਡੇ ਨੇ ਤਾਂ ਐਵੇਂ ਮੈਨੂੰ ਡਰਾਇਆ ਪਿਆ ਸੀ, ਤੁਹਾਡਾ ਤਾਂ ਸੁਭਾਅ ਬਹੁਤ ਕੂਲ ਹੈ, ਆਪਣੀ ਤਾਂ ਬੰਨੀ ਬਾਣੀ। ਹੋਰ ਪੁੱਤ ਫਿਰ ਐਂ ਦੱਸ, ਤੂੰ ਕਿਹੜੀ ਪੀਂਦੀ ਆ? ਮੈਂ ਬਲੈਕ ਲੈਵਲ ਵੈਸੇ ਮੇਰੀ ਫੇਵਰੇਟ ਆ, ਬਲੂ ਲੈਵਲ ਵੀ ਚੱਲ ਜਾਂਦੀ ਆ, ਡਬਲ ਬਲੈਕ, ਵੋਡਕਾ ਮਾਈ ਆਲ ਟਾਈਮ ਫੇਵਰੇਟ ਆਂਟੀ, ਜਦੋਂ ਮੈਨੂੰ ਕੁਛ ਨਹੀਂ ਲੱਭਦਾ ਵੋਡਕਾ ਸਭ ਤੋਂ ਜ਼ਿਆਦਾ ਮੈਨੂੰ ਉਹੀ ਚੜ੍ਹਦੀ ਆ। ਤੁਸੀਂ ਕਿਹੜੀ ਪੀਂਦੇ ਹੋ ਮੈਨੂੰ ਇਹ ਦੱਸੋ? ਮੈਂ ਤਾਂ ਘਰ ਦੀ ਕੱਢੀ ਗੁੜ ਵਾਲੀ ਦੀ ਸ਼ਰਾਬ ਪੀਂਦੀ ਹਾਂ। ਉਹ ਵੈਸੇ ਸੈਮੀ ਨੇ ਮੈਨੂੰ ਕਦੀ ਟਰਾਈ ਤਾਂ ਨਹੀਂ ਕਰਾਈ, ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਹਾਂ, ਪਤਾ ਕੀ ਹੋਇਆ, ਆਹ ਪਿਛਲੀ ਵੀਕ ਜਦੋਂ ਕ੍ਰਿਸਮਸ ਪਾਰਟੀ ਸੀ ਨਾ ਸਾਡੇ ਕੰਮ ਦੀ, ਮੈਂ ਚਲੀ ਗਈ ਸਿਟੀ 'ਚ ਸੀਗੀ ਪਾਰਟੀ, ਇੰਨੇ ਵੋਡਕਾ ਦੇ ਸ਼ੋਟ ਭੁੱਖੇ ਢਿੱਡ ਸੀ, ਉਹ ਜ਼ਿਆਦਾ ਚੜ੍ਹ ਗਈ, ਭੁੱਖੇ ਢਿੱਡ ਤੁਹਾਨੂੰ ਪਤਾ ਨਾ ਜ਼ਿਆਦਾ ਚੜ੍ਹਦੀ ਆ, ਓਹੋ ਉਲਟੀਆਂ 'ਤੇ ਉਲਟੀਆਂ ਕਰਕੇ ਅਤੇ
ਯੂ نو ਕਿ ਬੁਰਾ ਹਾਲ ਹੋ ਗਿਆ ਅੱਛਾ ਉਲਟੀਆਂ ਹੋਰ ਭੁੱਖੇ ਢਿੱਡ ਪੀਤੀ ਸੀ ਨਾ ਤਾਂ ਭੁੱਖੇ ਢਿੱਡ ਜ਼ਿਆਦਾ ਚੜਦੀ ਨਾ ਪਚਦੀ ਨਹੀਂ ਕਮਾਲ ਹੋ ਗਈ ਜੇ ਤੈਨੂੰ ਇੰਨੀਆਂ ਉਲਟੀਆਂ ਲੱਗ ਗਈਆਂ ਤੂੰ ਫਿਰ ਕਿਵੇਂ ਆਈ ਆਉਣਾ ਕਿਵੇਂ ਸੀ ਰਾਤੀ 2 ਵਜੇ ਇਹਨਾਂ ਨੂੰ ਫੋਨ ਕਰਿਆ ਮਸੀ ਕਿਤੇ ਲੈਣ ਆਏ ਮੈਨੂੰ ਓ ਹੋ ਹੋ ਇੱਕ ਤੇ ਦਾਰੂ ਦਾ ਨਸ਼ਾ ਉੱਤੋਂ ਲਾ ਲੈ ਚਮਕੀਲੇ ਦੇ ਗਾਣੇ ਤੁਸੀਂ ਮੂਸੇ ਵਾਲਾ ਕਹਿੰਦੇ ਹੋ ਕਦੀ ਪੀਣ ਲੱਗਿਆ ਚਮਕੀਲਾ ਲਾ ਕੇ ਵੇਖਿਓ ਦੁੱਗਣਾ ਸਰੂਰ ਨਾ ਚੜਿਆ ਫਿਰ ਵੀ ਉਹਨੇ ਕਿਹਾ ਹੁਣ ਪੁੱਤ ਆਇਆ ਕਰ ਇਹਨੂੰ ਦੂਰ ਛੱਡਿਆ ਕਿਤੇ ਜਿਹੜੇ ਮੁੜ ਕੇ ਨਾ ਆਵੇ ਪੁੱਤ ਲੇਟ ਹੁੰਦੀ ਆ ਛੱਡਿਆ ਇਹਨੂੰ ਆਜਾ ਕਿਉਂ कुछ गलत किया मैं भी जाना तेनु मैं की किया सी मेरी मां बड़ी संस्कारी है यार की संस्कारी वो तो घर दी गड्डी पींदे है तेरा टेस्ट कर रहे सी ओ लागी बोलन मेनू बहुत का पसंद है मेनू थिमका पसंद है करा ली मेरे ना ब्याह कथे जने दा थोड़ा दिमाग यार हद हो गई मम्मी करिए हुन पार्ट 2 च दसांगे की हुंदा अगे